ਅੱਜ ਆਪਾਂ ਸਟੇਸ਼ਨ ਦੇ ਉੱਤੇ ਜਿਹੜੇ ਜਥੇ ਆਪਾਂ ਸ਼ੰਭੂ ਜਾਂ ਹਰਿਆਣਾ ਪੰਜਾਬ ਦੇ ਬਾਰਡਰਾਂ 'ਤੇ ਭੇਜਣੇ ਆ, ਉਹ ਬਾਰਡਰਾਂ ਵਾਸਤੇ ਕਿਉਂਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਆਪੋ ਆਪਣੇ ਢੰਗ ਨਾਲ ਫੈਸਲੇ ਕੀਤੇ ਆ ਵੀ ਲੰਬਾ ਅੰਦੋਲਨ ਚੱਲਣਾ ਵਾ। ਸਾਡੀ ਜਥੇਬੰਦੀ ਨੇ ਸਾਰੇ ਜ਼ਿਲ੍ਹਿਆਂ 'ਚ ਆਪਦੇ ਫੈਸਲੇ ਕੀਤੇ ਆ, ਅਤੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਫੈਸਲੇ ਕੀਤੇ ਆ ਵੀ 10 ਤਰੀਕ ਨੂੰ, 20 ਨੂੰ ਅਤੇ 30 ਨੂੰ ਤਿੰਨ ਕੱਟ ਆਫ ਡੇਟਾਂ ਦੇ ਦਿੱਤੀਆਂ ਅੰਮ੍ਰਿਤਸਰ ਜ਼ਿਲ੍ਹੇ ਨੂੰ। ਇੱਕ ਜਥਾ 10 ਨੂੰ 10 ਦਿਨ ਵਾਸਤੇ, 20 ਨੂੰ ਅਤੇ 30 ਨੂੰ। ਇਹ ਹਰ ਮਹੀਨੇ ਦੀਆਂ ਇਸੇ ਡੇਟਾਂ 'ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ 'ਤੇ ਜਿੱਥੇ ਅਸੀਂ ਝੰਡਾ ਲਾਇਆ ਹੈਗਾ, ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ, ਇੱਥੇ ਸਾਡੇ ਬੰਦੇ ਇਕੱਠੇ ਹੋ ਜਾਇਆ ਕਰਨਗੇ ਵੀ ਇੱਥੇ ਇਕੱਠ ਕਰ ਲਿਆ। ਇੱਥੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਇਹ ਜਥੇ ਦੇ ਵਿੱਚ ਜਾ ਰਹੇ ਨੇ। ਕੱਲ੍ਹ ਨੂੰ ਮਿਸਹੈਪਨਿੰਗ ਜਾਂ ਕੁਛ ਵੀ ਅਜਿਹੀ ਘਟਨਾ ਸਾਹਮਣੇ ਆਉਂਦੀ ਆ ਤਾਂ ਪਤਾ ਹੁੰਦਾ ਵੀ ਸਾਡੇ ਬੰਦੇ ਇੰਨੇ ਰੇਲਵੇ ਸਟੇਸ਼ਨ ਤੋਂ ਆਹ ਗੱਡੀਆਂ 'ਤੇ ਚੜ੍ਹ ਕੇ ਚਲੇ। ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ, ਕੁਛ ਉੱਧਰ ਨੇੜੇ ਲੱਗਦੇ ਇਲਾਕੇ। ਇਹ ਦੋ ਥਾਵਾਂ ਤੋਂ ਸਾਡੇ ਜਥੇ 10, 20 ਅਤੇ 30 ਨੂੰ ਚੜਿਆ ਕਰਨਗੇ। ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਹੋਇਆ ਸੀ, ਸਟੇਸ਼ਨ ਮਾਸਟਰ ਨੂੰ ਮਿਲਣਾ। ਕੁਛ ਗੱਡੀਆਂ ਜਿਹੜੀਆਂ ਵਾ ਸਾਡੀਆਂ ਸ਼ਾਇਦ ਰਾਜਪੁਰੇ ਨਹੀਂ ਖਲੋਂਦੀਆਂ, ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਵੀ ਉਹ ਕਿਹੜੀਆਂ ਗੱਡੀਆਂ ਨਹੀਂ ਖਲੋਂਦੀਆਂ ਅਤੇ ਤੁਹਾਡੇ ਮਾਧਿਅਮ ਨਾਲ ਗਾਂਹ ਭੇਜ ਦਾਂਗੇ। ਪਰ ਅੱਗੇ ਟਰੈਕਟਰ ਟਰਾਲੇ ਤੋਂ ਜਾਂਦੇ ਸੀਗੇ ਕਿਸਾਨ, ਹੁਣ ਟਰੈਕਟਰ ਟਰਾਲੀਆਂ ਥੋੜ੍ਹੀਆਂ ਪੈ ਗਈਆਂ, ਕੀ ਹੋਇਆ ਕੀ ਹੈ? ਪਹਿਲਾਂ PC ਹੋ ਲੈਣ ਦਿਓ ਭਾਈ, ਫਿਰ ਆਪਾਂ ਗਾਂਹ ਕਰ ਲਈ ਜੀ। ਤੋ ਇਸ ਕਰਕੇ ਇੱਕ ਤਾਂ ਦੂਸਰਾ ਹੈਗਾ ਬੱਸਾਂ ਰਾਹੀਂ ਜਿਨ੍ਹਾਂ ਨੇ ਜਾਣਾ ਵਾ, ਗੋਲਡਨ ਗੇਟ ਠੀਕ ਹੈ ਜੀ, ਜੰਡਿਆਲਾ ਗੁਰੂ ਦੇ ਲਾਗੇ ਟੋਲ ਪਲਾਜ਼ਾ ਅਤੇ ਇੱਕ ਬਿਆਸ ਬੱਸ ਅੱਡਾ, ਇਹ ਤਿੰਨ ਸਥਾਨ ਹੋਣਗੇ। ਉੱਥੋਂ ਸਾਡੇ ਬੰਦੇ ਉਹ ਉੱਧਰ ਹੀ, ਬਾਕੀ ਜਿਹੜੇ ਕੱਥੂ ਨੰਗਲ ਵੱਲੋਂ ਆਉਣ ਵਾਲੇ ਉਹ ਕੱਥੂ ਨੰਗਲ ਇਕੱਠੇ ਹੋਇਆ ਕਰਨਗੇ ਟੋਲ ਪਲਾਜ਼ੇ 'ਤੇ, ਉੱਥੇ ਵੀ ਤਾਂ ਮਜੀਠੇ ਵਾਲੇ ਮਜੀਠੇ ਬੱਸ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਤੇ ਸਾਰੇ ਟਰਾਂਸਪੋਰਟਰਾਂ ਨੂੰ ਸਾਡੀ ਤੁਹਾਡੇ ਮਾਧਿਅਮ ਨਾਲ ਅਪੀਲ ਆ ਵੀ ਜਿਹੜੇ ਸ਼ੰਭੂ ਅਤੇ ਜਾਂ ਹਰਿਆਣੇ ਦੇ ਬਾਰਡਰਾਂ 'ਤੇ ਕਿਸਾਨ ਜਾਂਦੇ ਨੇ ਬਾਈ, ਉਹਨਾਂ ਕੋਲ ਟਿਕਟਾਂ ਉਹਨਾਂ ਨੇ ਪਹਿਲਾਂ ਵੀ ਮਦਦ ਕੀਤੀ ਸੀ ਨਾਲ ਲਈਆਂ ਜਾਣ, ਠੀਕ ਹੈ ਜੀ, ਕਿਉਂਕਿ ਅੰਦੋਲਨ ਦੇ ਵਿੱਚ ਇਹ ਟਰਾਂਸਪੋਰਟਾਂ ਦੀ ਹਮਾਇਤੀ ਬਹੁਤ ਸਾਰਿਆਂ ਦੇ ਫੋਨ ਵੀ ਸਾਨੂੰ ਆਏ ਸੀ। ਔਰ ਅਸੀਂ ਇਹ ਆਪਣੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਵੀ ਹਰੇਕ ਬੱਸ ਦੇ ਵਿੱਚ 5-7 ਬੰਦੇ 10 ਇੰਨੇ ਕੀ ਚੜ੍ਹਨੇ ਚਾਹੀਦੇ ਆ, ਉਹਨਾਂ ਦਾ ਕਾਰੋਬਾਰ ਵੀ ਚੱਲਦਾ ਰਹੇ, ਸਾਡਾ ਕੰਮ ਵੀ ਚੱਲਦਾ ਰਹੇ। ਤਾਂ ਇਸ ਕਰਕੇ ਇਦੋਂ ਵੀ ਆ ਵੀ ਹਰ ਇੱਕ ਗੱਡੀ ਵਿੱਚ ਜ਼ਿਆਦਾ ਨਾ ਚੜ੍ਹੇ ਜਾਣ ਵੀ ਆਮ ਯਾਤਰੀ ਨੂੰ ਨੁਕਸਾਨ ਕੋਈ ਬਾਹਲਾ ਨਾ ਹੋਵੇ, ਯਾਨੀ ਹਰੇਕ ਗੱਡੀ ਦੇ ਵਿੱਚ ਜੇ ਕੋਈ 50-100 ਬੰਦਾ ਬਹਿ ਜੂਗਾ ਤਾਂ ਇੰਨੀ ਕੁ ਐਡਜਸਟਮੈਂਟ ਹੁੰਦੀ ਆ ਰੇਲ ਗੱਡੀ ਦੇ ਵਿੱਚ, ਕੋਈ ਕਿਸੇ ਨੂੰ ਮਸਲਾ ਨਹੀਂ ਹੁੰਦਾ। ਇੱਕ ਤਾਂ ਇਹ ਸਾਡੀ ਅਪੀਲ ਹੈਗੀ ਆ। ਦੂਸਰਾ, ਅੱਜ ਜਿਹੜਾ ਕੇਂਦਰ ਦਾ ਫੈਸਲਾ CA ਦਾ ਅਨਾਊਂਸਮੈਂਟ ਹੋਈ ਆ, ਸਾਨੂੰ ਇਹ ਲੱਗਦਾ ਵਾ ਵੀ ਦੇਖੋ ਜੇ ਮੋਦੀ ਸਰਕਾਰ ਨੂੰ ਆਪਣੇ ਵਿਕਾਸ ਦੇ ਉੱਤੇ ਯਕੀਨ ਹੁੰਦਾ ਕਿ ਅਸੀਂ ਹਕੀਕੀ ਵਿਕਾਸ ਕਿਸਾਨ ਲਈ, ਮਜ਼ਦੂਰ ਲਈ, ਵਪਾਰੀ ਲਈ, ਬੇਰੁਜ਼ਗਾਰ ਲਈ, ਆਮ ਲੋਕਾਂ ਲਈ ਕੀਤਾ, ਅਤੇ ਉਹਨਾਂ ਨੂੰ ਇਲੈਕਸ਼ਨ ਤੋਂ ਥੋੜ੍ਹੇ ਦਿਨਾਂ ਬਾਅਦ ਕੋਈ ਵੀ ਨਵੀਂ ਚੀਜ਼ ਲਿਆਉਣ ਦੀ ਲੋੜ ਨਹੀਂ ਸੀ ਹੈਗੀ। ਇੱਕ ਤਾਂ ਇਹ ਕਿਸਾਨ ਅੰਦੋਲਨ ਨੂੰ ਡੀਰੇਲ ਕਰ ਲਈ ਵੀ ਕਿਸਾਨ ਅੰਦੋਲਨ ਦਾ ਦਬਾਅ ਇੰਨਾ, ਸਮੱਸਿਆ ਨੂੰ ਲੱਗ ਰਹੀ ਵੀ ਅਸੀਂ ਜਿੱਤ ਨਹੀਂ ਪਾ ਰਹੇ। ਦੂਸਰਾ, ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਲੈਕਟ੍ਰੋਨਿਕ ਬਾਉਂਡ ਦਾ ਜਿਹੜਾ ਮੁੱਦਾ ਚੱਲ ਰਿਹਾ ਵਾ ਵੀ ਜਿਹਦੇ 'ਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੂੰ ਕਿਸੇ ਕੰਪਨੀਆਂ ਨੇ, ਕਿਸੇ ਲੋਕਾਂ ਨੇ, ਜਿਹੜੇ ਵੀ ਲੋਕ ਨੇ, ਉਹਨਾਂ ਨੇ ਫੰਡਿੰਗ ਜਿਹੜੀ ਕੀਤੀ ਆ, ਯਾਨੀ ਉਹਨੂੰ ਜਨਤਕ ਕਰਨ ਦਾ ਦਬਾਅ ਫੁੱਲ ਫਲੱਡ ਹੈਗਾ। ਚੱਲ ਇਹ 'ਚ ਕੋਈ ਵੱਡੀ ਗੱਲ ਨਹੀਂ ਵੀ ਜਿਨ੍ਹਾਂ ਨੇ ਫੰਡਿੰਗ ਕੀਤਾ ਉਹਨਾਂ ਦੇ ਨਾਂ ਆ ਜਾਣੇ ਚਾਹੀਦੇ, ਉਹ ਮੁੱਦਾ ਵੀ ਇਸ ਵੇਲੇ ਪੂਰੇ ਜ਼ੋਰ ਨਾਲ ਚੱਲ ਰਿਹਾ, ਯਾਨੀ ਉਹਨੂੰ ਵੀ ਡੀਰੇਲ ਕਰ ਲਈ ਇਹ ਮੁੱਦਾ ਵਿੱਚ ਵਾੜਿਆ ਗਿਆ। ਦੇਖੋ ਇਹ ਠੀਕ ਹੈ, ਜੋ ਕੁਝ ਚਾਹੇ ਬੰਗਲਾਦੇਸ਼ ਆ, ਚਾਹੇ ਅਫਗਾਨਿਸਤਾਨ ਆ ਅਤੇ ਚਾਹੇ ਪਾਕਿਸਤਾਨ, ਉੱਥੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨਾਲ ਬਾਈ ਜ਼ਬਰ 'ਤੇ ਹੋਇਆ,
ਇਹ ਗੱਲ ਮੰਨਣ 'ਚੋਂ ਕੋਈ ਇਨਕਾਰ ਨਹੀਂ ਹੈਗਾ ਹੋਇਆ ਹਰ ਇੱਕ ਨਾਲ ਉਹ ਉਥੋਂ ਦੀਆਂ ਸਰਕਾਰਾਂ ਘੱਟ ਗਿਣਤੀਆਂ ਨੂੰ ਇਨਸਾਫ ਦੇਣ ਦੇ ਵਿੱਚ ਨਾ ਕਾਮਯਾਬ ਰਹੀਆਂ ਇਹ 'ਚ ਕੋਈ ਰੌਲਾ ਨਹੀਂ ਹੈਗਾ ਜਿਹੜੀ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਆਬਾਦੀ 47 ਸੀਗੀ ਸ਼ਾਇਦ ਉਹ ਬਹੁਤ ਘਟੀ ਹੈਗੀ ਆ ਇਹ ਸੱਚ ਆ ਬੰਗਲਾਦੇਸ਼ 'ਚ ਪਰ ਦੇਖੋ ਜੇ ਉਹਨਾਂ ਮੁਲਕਾਂ ਦੇ ਵਿੱਚ ਘੱਟ ਗਿਣਤੀਆਂ ਨਾਲ ਧੱਕਾ ਹੋਇਆ ਜਬਰ ਹੋਇਆ ਉਹਨਾਂ ਉਹ ਪੂਰੀ ਦੁਨੀਆ ਦੇ ਵਿੱਚ ਇਸ ਗੱਲੋਂ ਬਦਨਾਮ ਨੇ ਪਰ ਸਾਡਾ ਮੁਲਕ ਇੱਕ ਧਰਮ ਨਿਰਪੱਖ ਮੁਲਕ ਹੈਗਾ ਠੀਕ ਹੈ ਜੀ ਔਰ ਇੱਥੇ ਇਹ ਰਾਜਾਂ ਦਾ ਸਮੂਹ ਹੈਗਾ ਸਾਨੂੰ ਉਹਨਾਂ ਦੇ ਆਧਾਰ 'ਤੇ ਅਸੀਂ ਆਪਣੀਆਂ ਘੱਟ ਗਿਣਤੀਆਂ ਨਾਲ ਕੋਈ ਅਜਿਹਾ ਫੈਸਲਾ ਕਰੀਏ ਜਿਹੜਾ ਨੁਕਸਾਨ ਦੇ ਐਗਜ਼ਾਮਪਲ ਲਈ ਫਿਰ ਅਸੀਂ ਬੰਗਲਾਦੇਸ਼ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਨਾਂ ਲਈਏ ਠੀਕ ਨਹੀਂ ਹੈਗਾ ਅਸੀਂ ਦੁਨੀਆ ਦੇ ਵਿੱਚ ਆਪਣੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਵਾਸਤੇ ਜਾਣੇ ਜਾਂਦੇ ਹਾਂ ਸਾਨੂੰ ਆਪਣੇ ਮੁਲਕ ਦੇ ਸੰਵਿਧਾਨ 'ਤੇ ਜਿਹੜਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰਾਂ ਦਾ ਹੱਕ ਦਿੰਦਾ ਹੈਗਾ ਜਿੱਥੇ ਉਹਨੇ ਇਹਨਾਂ ਤੋਂ ਤੰਗ ਹੋ ਕੇ ਹਿੰਦੁਸਤਾਨ ਵਿੱਚ ਆਏ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਉੱਥੇ ਮੁਸਲਮਾਨਾਂ ਬਾਰੇ ਵੀ ਸੋਚ ਲੈਂਦੇ ਕੀ ਵੱਡਾ ਮਸਲਾ ਸੀ ਮੈਨੂੰ ਨਹੀਂ ਲੱਗਦਾ ਕੋਈ ਰੌਲਾ ਹੋਣਾ ਸੀ ਫਿਰ ਵੀ ਜਿਹੜਾ ਨੋਟੀਫਿਕੇਸ਼ਨ ਹੋਇਆ ਵਾ ਇਹਨੂੰ ਪੜ੍ਹ ਕੇ ਹੀ ਅਸਲ ਪ੍ਰਤੀਕਿਰਿਆ ਉਹਦੇ ਬਾਰੇ ਕੀ ਬੋਲਿਆ ਅਸੀਂ ਦੱਸ ਸਕਦੇ ਹਾਂ ਪਰ ਸ਼ੁਰੂਆਤ 'ਚ ਸਾਨੂੰ ਜੋ ਨਜ਼ਰ ਆਇਆ ਇਹ ਸੀਗਾ ਵੀ ਇਹ ਕਿਸਾਨ ਅੰਦੋਲਨ ਦੇ ਦਬਾਅ ਹੇਠ ਹੁਣ ਜਿਵੇਂ ਤੁਸੀਂ ਦੇਖੋ ਪਹਿਲੋਂ ਤਾਂ ਕਨਸੋਵਾਂ ਇਹ ਸੀਗਾ ਵੀ ਚੋਣ ਜਾਬਤਾ ਫਰਵਰੀ ਦੇ ਅਖੀਰ 'ਚ ਲੱਗ ਜਾਣਾ ਮਾਰਚ ਦੇ ਪਹਿਲੇ ਹੁਣ ਚੋਣ ਜਾਬਤਾ ਖਿੱਚਿਆ ਜਾ ਰਿਹਾ ਠੀਕ ਹੈ ਔਰ ਤੀਜਾ ਹਮਲਾ ਫਿਰ ਭਾਰਤ ਦੇ ਲੋਕਤੰਤਰ 'ਤੇ ਆ ਵੀ ਜਿਵੇਂ ਜਿਹੜਾ ਸਾਡਾ ਨਿਰਪੱਖ ਇਲੈਕਸ਼ਨ ਕਮਿਸ਼ਨ ਸੀ ਜਿਵੇਂ ਉਹਦੀ ਚੋਣ ਹੁੰਦੀ ਸੀ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਵਿਰੋਧੀ ਧਿਰ ਦਾ ਲੀਡਰ ਅਤੇ ਇੱਕ ਸੁਪਰੀਮ ਕੋਰਟ ਦੀ ਸਿਫਾਰਿਸ਼ ਹੁੰਦੀ ਸੀ ਹੁਣ ਸੁਪਰੀਮ ਕੋਰਟ ਨੂੰ ਪਿੱਛੇ ਖਿੱਚਿਆ ਜਾ ਰਿਹਾ ਸੀ ਜੀ ਨੂੰ ਵੀ ਉਹਨਾਂ ਦਾ ਬੰਦਾ ਨਿਕਲ ਜਾਵੇ ਇੱਕ ਪ੍ਰਧਾਨ ਮੰਤਰੀ ਜੀ ਦੀ ਵੋਟ ਹੋਵੇ ਇੱਕ ਉਹਨਾਂ ਦੇ ਕਾਨੂੰਨ ਮੰਤਰਾਲੇ ਸਰਕਾਰ ਦੀਆਂ ਹੋਣਗੀਆਂ ਤਾਂ ਆਪਦੀ ਮਰਜ਼ੀ ਦਾ ਕੋਈ ਇਲੈਕਸ਼ਨ ਕਮਿਸ਼ਨ ਚੁਣ ਲੈਣਗੇ ਇਹ ਖਤਰਾ ਵੀ ਦੇਸ਼ ਦੇ ਸਾਹਮਣੇ ਖੜ੍ਹਾ ਨਜ਼ਰ ਆ ਰਿਹਾ ਤਾਂ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਪ੍ਰਧਾਨ ਮੰਤਰੀ ਜੀ ਯਤਨ ਕਰਨ ਪਹਿਲੇ ਅੰਦੋਲਨ ਦੇ ਵਿੱਚ ਵੀ ਅੱਗੇ ਆਏ ਸੀਗੇ ਔਰ ਉਹਨਾਂ ਨੇ ਖੁਦ ਆ ਕੇ ਅੰਦੋਲਨ ਦੀਆਂ ਮੰਗਾਂ ਮੰਨੀਆਂ ਸੀ ਹੁਣ ਆਪਸ਼ਨ ਉਹਨਾਂ ਕੋਲ ਅੱਜ ਵੀ ਹੈਗੀ ਆ ਵੀ ਉਹ ਅੱਗੇ ਆਉਣ ਅੰਦੋਲਨ ਦੀਆਂ ਮੰਗਾਂ ਮੰਨ ਲੈਣ ਨਹੀਂ ਤਾਂ ਬਾਈ ਅਸੀਂ ਫੈਸਲਾ ਕਰ ਲਿਆ ਵੀ ਇਹ ਅੰਦੋਲਨ ਹੁਣ ਲੰਮਾ ਚੱਲੂਗਾ ਇਹਦੇ ਵਾਸਤੇ ਰੇਲਾਂ ਰਾਹੀਂ ਬੱਸਾਂ ਰਾਹੀਂ ਆਪਣਾ ਸੰਦ ਸਮਾਨ ਰਾਹੀਂ ਚੱਲੂਗਾ ਐਤਕੀ ਜਿਹੜਾ ਵਾ ਦੇਖੋ ਟਰੈਕਟਰ ਟਰਾਲੀਆਂ ਉੱਥੇ ਖੜ੍ਹੇ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਨੇ ਠੀਕ ਆ ਪੰਜਾਬ ਦੇ ਬਹੁਤ ਨਜ਼ਦੀਕ ਇਹ ਮੋਰਚਾ 250 ਕਿਲੋਮੀਟਰ ਦੇ ਵਿੱਚ ਹੈਗਾ ਹੁਣ ਐਰ ਕੀ ਉਹਨਾਂ ਵਹੀਕਲਾਂ ਦੀ ਲੋੜ ਨਹੀਂ ਹੈਗੀ ਸਾਨੂੰ ਅਸੀਂ ਬਾਈ ਇਸ ਤਰੀਕੇ ਨਾਲ ਜਾਵਾਂਗੇ ਹਾਂ ਜਦੋਂ ਸਰਕਾਰ ਦਿੱਲੀ ਜਾਣ ਲਈ ਰਾਹ ਖੋਲੂਗੀ ਉਦੋਂ ਅਸੀਂ ਦਿੱਲੀ ਨੂੰ ਵਧਾਂਗੇ ਅਗਲੀ ਗੱਲ ਹੈਗੀ ਵੀ ਹੁਣ ਗਰਮੀਆਂ ਆ ਗਈਆਂ ਉਹਦੇ ਵਾਸਤੇ ਸਾਡੇ ਕਿਸਾਨ ਮਜ਼ਦੂਰ ਵੀਰ ਪੱਖੇ ਲੈ ਕੇ ਜਾਣ ਦੇਖੋ ਟਰੈਕਟਰ ਟਰਾਲੀ 'ਚ ਹਵਾ ਚਾਹੀਦੀ ਆ ਤਰਪਾਲਾਂ ਚੱਕ ਕੇ ਹਰੀ ਰੰਗ ਦੀ ਜਾਲੀ ਚਾਹੀਦੀ ਆ ਮਗਰ ਜਾਲੀ ਪੈਣੀ ਆ ਮੱਛਰ ਦਾ ਵਾ ਆਟੋਮੋਸ ਹੋਰ ਕੋਈ ਚੀਜ਼ਾਂ ਸਾਡੇ ਬੰਦੇ ਵਰਤ ਲੈਂਦੇ ਹੁੰਦੇ ਆ ਗਰਮੀਆਂ ਦਾ ਸਾਰਾ ਸਾਜੋ ਸਮਾਨ ਸਾਨੂੰ ਖੜ੍ਹਨਾ ਚਾਹੀਦਾ ਔਰ ਦੂਜਾ ਅਸੀਂ ਕੇਜਰੀਵਾਲ ਜੀ ਨੂੰ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪੰਜਾਬ 'ਚ ਚੱਲਦੀ ਆ ਬਾਈ ਸਾਡੇ ਪੰਜਾਬ ਵਾਲਿਆਂ ਦੀ ਚੱਲਦੀ ਨਹੀਂ ਹੈਗੀ ਉਹਨਾਂ ਨੂੰ ਕਹਿੰਦੇ ਹਾਂ ਵੀ ਦਿੱਲੀ ਦੇ ਵਿੱਚ ਤਾਂ ਸਾਨੂੰ ਬਾਈ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਈ ਪਰ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ ਜਿਹੜੇ ਬਾਈ ਉੱਥੇ ਟਰਾਂਸਫਾਰਮਰ ਨੇ ਬਹੁਤ ਛੋਟੇ ਨੇ ਜੇ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਕਿਸਾਨਾਂ ਦੇ ਨਾਲ ਆ ਉੱਥੇ ਸਾਰੇ ਬਾਰਡਰਾਂ 'ਤੇ ਵੱਡੇ ਟਰਾਂਸਫਾਰਮਰ ਖਾਏ ਜਾਣ ਔਰ ਬਿਜਲੀ ਦੀ ਸਪਲਾਈ ਨਿਰਵਿਘਨ ਜਿਹੜੀ ਉੱਥੇ ਦਿੱਤੀ ਜਾਵੇ ਜਿਹੜੀ ਸ਼ੰਭੂ ਚੌਂਕੀ ਆ ਉਹ ਬਾਈ ਤਾਰ ਨਹੀਂ ਲੱਗਣ ਦਿੰਦੇ ਸਾਡੇ ਪੁਲਿਸ ਵਾਲੇ ਵਿਚਾਰੇ ਦਾ ਕੀ ਕਸੂਰ ਹੈ ਸਰਕਾਰ ਦੇ ਆਰਡਰ ਹੋਣਗੇ ਉਹ ਟਰਾਂਸਫਾਰਮ ਨੂੰ ਵੱਡਾ ਕੀਤਾ ਜਾਵੇ ਤਾਂ ਉੱਥੇ ਵੱਡਾ ਟਰਾਂਸਫਾਰਮ ਜਾਂ ਸਪੈਸ਼ਲ ਟਰਾਂਸਫਾਰਮ ਬਾਰਡਰਾਂ 'ਤੇ ਰੱਖੇ ਜਾਣ ਤਾਂ ਜੋ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਕੋਈ ਰੌਲਾ ਸਾਨੂੰ ਦਿੱਲੀ 'ਚ ਬਿਜਲੀ ਸਪਲਾਈ ਦੀ ਕੋਈ ਸਮੱਸਿਆ ਨਹੀਂ ਸੀ ਹਜੇ ਕੁਝ ਹਰਿਆਣੇ ਦਾ ਇਲਾਕਾ ਸੀ ਕੁਝ ਦਿੱਲੀ ਦਾ ਇਲਾਕਾ ਸੀ ਪਰ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਦੀ ਜਿਹੜੀ ਸਰਕਾਰ ਦਾਵਾ ਠੋਕ ਰਹੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਉਹਨਾਂ ਦੇ ਵਿੱਚ ਆ ਰਹੀ ਆ
ਚੱਲ ਗਾਂ ਉਹਨਾਂ ਨੂੰ ਜੇ ਪਹਿਲੋਂ ਨਹੀਂ ਪਤਾ ਲੱਗਾ ਤਾਂ ਅਸੀਂ ਹੁਣ ਉਹਨਾਂ ਨੂੰ ਕਹਿੰਦੇ ਮਾਣਯੋਗ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਨੂੰ ਤਾਂ ਜ਼ਿਆਦਾ ਕਹਿੰਦੇ ਵੀ ਉਹਨਾਂ ਦੀ ਜ਼ਿਆਦਾ ਪੁੱਗਦੀ ਭਾਈ ਇੱਥੇ ਵੀ ਉਹ ਫੈਸਲਾ ਕਰਕੇ ਉੱਥੇ ਬਿਜਲੀ ਦੀ ਸਪਲਾਈ ਸਾਰੇ ਬਾਰਡਰਾਂ 'ਤੇ ਪੱਕੀ ਕਰ ਦੇਣ ਤਾਂ ਉਹਦਾ ਸਾਰੇ ਸਾਰਿਆਂ ਨੂੰ ਫਾਇਦਾ ਹੋ ਜਾਵੇ। ਇੱਕ ਇਹ ਵੀ ਅਪੀਲ ਕਰਨੀ ਸੀ ਤਾਂ ਇਸ ਕਰਕੇ ਹੁਣ ਅੰਦੋਲਨ ਲੰਬਾ ਚੱਲਣਾ ਵਾ, ਤਗੜਾ ਚੱਲਣਾ ਵਾ, ਇਸ ਕਰਕੇ ਸਾਰਿਆਂ ਨੂੰ ਕੋਈ ਅਪੀਲ ਆ ਵੱਧ ਤੋਂ ਵੱਧ ਗਿਣਤੀ ਵਿੱਚ ਹਰ ਪਿੰਡ ਦੇ ਵਿੱਚ ਟਰੈਕਟਰ ਟਾਲੀ ਖਲੋਵੇ ਔਰ ਇਹ ਅੰਦੋਲਨ ਪੱਕਾ, ਸਾਨੂੰ ਆਸ ਹੈ ਵੀ ਅਸੀਂ ਜਿੱਤਾਂਗੇ। ਇਹਦਾ ਸਮਾਂ ਬਾਉਂਡ ਨਹੀਂ ਕੀਤਾ ਜਾ ਸਕਦਾ ਵੀ ਕਦੋਂ ਜਿੱਤਾਂਗੇ, ਜਿੰਨਾ ਚਿਰ ਚੱਲੂਗਾ ਵੀ ਅਸੀਂ ਅੰਦੋਲਨ ਲੜਾਂਗੇ।